ਖੰਦ ਵਿਛੜ ਗਿਆ ਹੈ। ਭਾਵੀ ਅਗਲੀ ਕਬੱਡੀ ਮੰਨਾ ਪਾਉਣ ਦੇ ਲਈ ਚੱਲਿਆ ਹੈ ਕਿ ਕੰਮ ਰੇਡਰ ਦਾ ਰੇਡ ਹੈ ਪਾ ਦੇਣੀ, ਕੋਸ਼ਿਸ਼ ਕਰਨੀ ਹੈ ਨੰਬਰ ਲੈਣ ਦੀ ਜੀ, ਨੰਬਰ ਲੈਣਾ ਅਸਮਾਨ ਨੂੰ ਟੱਚ ਕਰਨਾ, ਕੋਈ ਗੱਲ ਨਾ ਕਰਨ ਤੇ ਕਹਿਣ ਦੀ ਬਈ, ਜਾਪੀ ਉਹੀ ਜਹਾਂ ਤੇ ਖਰਾ ਹੁੰਦਾ ਹੈ ਜੋ ਹਿੰਮਤ ਰੱਖਦਾ ਖੁੱਜ ਪੱਟ ਕੇ ਹਿੱਕ ਤੇ ਬਹਿਣ ਦੀ ਬਈ। ਆਓ ਸਾਹਮਣੇ ਕੌਣ ਹਿੱਕ ਤੇ ਬਹਿੰਦਾ ਜਾਂ ਫਿਰ ਮੰਨਾ, ਆਓ ਸਾਹਮਣੇ ਕਹਿੰਦੇ ਆਇਆ ਰਾਜਵਾਨ ਸੋਨਾ ਭੱਲ ਵਾਲੀ ਆ ਸੋਨਾ, ਜਿਹਨੂੰ ਜੇਸੀਬੀ ਕਹਿੰਦੇ ਆ, ਇਹਨੂੰ ਜੇਸੀਬੀ ਕਹਿੰਦੇ ਆ, ਇਹ ਭੱਲ ਵਾਲੀ ਆ ਸੋਨਾ ਹੈ, ਇਹ ਰਾਮ ਸਿੰਘ ਦਾ ਪੋਤਰਾ ਕਹਿੰਦੇ ਚੜ੍ਹਦੀ ਭੱਲ ਵਾਲੀ ਨੇ ਕਬੱਡੀ ਤਗੜੀ ਖੇਡੀ ਆ, ਇਹਦੇ ਬਾਪ ਫੌਜੀ ਹਰਪਾਲ ਸਿੰਘ ਨੇ ਵੀ ਕਬੱਡੀ ਸੋਹਣੀ ਖੇਡੀ ਆ। ਅਗਲੀ ਕਬੱਡੀ ਫਿਰ ਪਾ ਦਿੱਤੀ ਆ ਨੌਜਵਾਨ ਨੇ, ਮਤਿਆ ਪਾ ਵੀ ਕਬੱਡੀ ਵੇਰਕਾ ਬੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਇੱਧਰ ਰਾਣਾ ਹੈ, ਇੱਧਰ ਰਾਣਾ ਕਿ ਜੱਫਾ ਲੱਗਾ ਨਾ ਰਾਣੇ ਵੱਜ ਬੜਾ ਤੇ ਕੌਡੀ ਪਈ ਨਾ ਹਰਜੀਤ ਬਰਾੜ ਵਰਗੀ, ਪੱਪੂ ਛੱਬੇ ਜੀ ਕਿਸੇ ਨਾਲ ਖੇਡ ਖੇਡੀ ਤੇ ਗੱਲ ਬਣੀ ਨਾ ਫਿੱਡੂ ਸਰਦਾਰ ਵਰਗੀ। ਰਾਣੇ ਨੇ ਕੋਸ਼ਿਸ਼ ਕੀਤੀ ਹੈ, ਰਾਣੇ ਨੇ ਟਰਾਈ ਕੀਤੀ ਹੈ। ਅਗਲੀ ਕਬੱਡੀ ਪਾ ਨੌਜਵਾਨ, ਅਗਲੀ ਕਬੱਡੀ ਫਿਰ ਪਾਉਣ ਦੇ ਵਜਾ ਹੋਇਆ ਨੌਜਵਾਨ। ਦੂਜੇ ਪਾਸੇ ਕੌਣ ਹੈ ਖੇਡ ਗਰਾਊਂਡ ਦੇ ਵਿੱਚ ਬੰਟੀ, ਆਹ ਨੌਜਵਾਨ ਫੁੱਲੇ ਚੰਗ ਪਿੰਡ ਵਾਲਾ ਬੰਟੀ ਹੈ, ਜਿੱਥੋਂ ਦਾ ਕਹਿੰਦੇ ਸਰਪੰਚ ਲਖਵਿੰਦਰ ਸਿੰਘ, 5 ਸਾਲ ਸਰਪੰਚੀ ਕੀਤੀ ਉੱਥੋਂ ਦੇ ਕਹਿੰਦੇ ਸਰਪੰਚ ਨੇ ਤੇ 5 ਸਾਲ ਰਕਸ਼ਾ ਬਾਇਆ।